ਟੀਵੀ 16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਕੇਐਸ ਪਾਲ ਵੱਲੋਂ ਸਤਿ ਸ੍ਰੀ ਅਕਾਲ ਜੀ। ਇਨਸਾਨ ਨੇ ਭਾਵੇਂ ਕਿੰਨੀ ਵੀ ਤਰੱਕੀ ਕਰ ਲਈ ਹੋਵੇ, ਪਰ ਕੁਦਰਤ ਦਾ ਜਿਹੜਾ ਕਹਿਰ ਹੈ ਜਦੋਂ ਵਰਸਦਾ ਹੈ ਜਾਂ ਜਦੋਂ ਇਨਸਾਨ ਦੇ ਉੱਤੇ ਪੈਂਦਾ ਹੈ ਤਾਂ ਉਹਦੇ ਅੱਗੇ ਇਨਸਾਨ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ, ਜਾਂ ਇੰਜ ਕਹਿ ਲਿਆ ਜਾਵੇ ਕਿ ਇਨਸਾਨ ਦੀ ਕੋਈ ਚੱਲਦੀ ਨਹੀਂ। ਸੋ ਜਦ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਉੱਥੇ ਸਾਡੀ ਸਾਇੰਸ, ਉੱਥੇ ਸਾਡੀਆਂ ਵੱਡੀਆਂ ਵੱਡੀਆਂ ਬਣਾਈਆਂ ਹੋਈਆਂ ਬਿਲਡਿੰਗਾਂ, ਉੱਥੇ ਚਾਹੇ ਅਸੀਂ ਕਿਸੇ ਵੀ ਰੂਪ ਵਿੱਚ ਤਰੱਕੀ ਕਰ ਲਈ ਹੋਵੇ, ਉਹ ਸਾਡਾ ਸਾਰਾ ਕੁਛ ਜਿਹੜਾ ਹੈ ਉਹ ਧਰਿਆ ਧਰਾਇਆ ਰਹਿ ਜਾਂਦਾ ਹੈ। ਸੋ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਨੇਪਾਲ ਵਿੱਚ ਜਾਂ ਜੰਮੂ ਕਸ਼ਮੀਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਉੱਥੇ ਵੀ ਇਸ ਤਰ੍ਹਾਂ ਕੁਦਰਤੀ ਆਫਤ ਆਈ। ਅਤੇ ਹੁਣ ਇੱਕ ਜਿਹੜੀ ਖਬਰ ਸਾਨੂੰ ਆਈ ਹੈ ਉਹ ਹੈ ਕੇਰਲਾ, ਇੰਡੀਆ ਤੋਂ। ਸੋ ਉੱਥੇ ਵੀ ਕੁਦਰਤੀ ਆਫਤ ਨੇ ਕੁਛ ਇਹੋ ਜਿਹਾ ਕਹਿਰ ਵਰਸਾਇਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਅਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਘਰੋਂ ਬੇਘਰ ਹੋ ਗਏ। ਸੋ ਜੇ ਮਰਨ ਵਾਲਿਆਂ ਦੀ ਗਿਣਤੀ ਅੱਜ ਤੱਕ ਜਿਹੜੀ ਹੈ ਉਹ ਸਾਡੇ ਕੋਲ ਪਹੁੰਚੀ ਹੈ ਤਾਂ ਉਹ 350 ਤੋਂ ਉੱਪਰ ਲੋਕ ਨੇ ਜਿਹੜੇ ਆਪਣੀ ਇਸ ਕੁਦਰਤੀ ਆਫਤ ਦੇ ਅੱਗੇ ਜਾਨਾਂ ਗਵਾ ਬੈਠੇ ਨੇ। ਸੋ 8 ਤੋਂ 10 ਲੱਖ ਲੋਕ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ ਇਸ ਪੂਰੀ ਕੁਦਰਤੀ ਆਫਤ ਅੱਗੇ। ਸੋ ਉਹ ਘਰੋਂ ਬੇਘਰ ਹੋਏ ਨੇ। ਸੋ ਉਹਦੇ ਵਿੱਚ ਬਹੁਤ ਜਿਹੜਾ ਜਨ ਜੀਵਨ ਜਿਹੜਾ ਹੈ ਉਥਲ ਪੁਥਲ ਹੋ ਗਿਆ। ਸੋ ਕੁਦਰਤ ਅੱਗੇ ਕੋਈ ਜ਼ੋਰ ਤਾਂ ਨਹੀਂ ਹੈ, ਪਰ ਇਨਸਾਨ ਦੇ ਤੌਰ ਦੇ ਉੱਤੇ ਸਾਡਾ ਫਰਜ਼ ਬਣਦਾ ਹੈ ਕਿ ਜਦ ਵੀ ਕਿਤੇ ਕੁਦਰਤੀ ਆਫਤ ਆਵੇ ਤਾਂ ਅਸੀਂ ਉਸ ਵਿੱਚ ਆਪਣਾ ਰੋਲ ਜਿਹੜਾ ਹੈ, ਬਣਦਾ ਜੋ ਹਿੱਸਾ ਹੈ, ਉਸ ਨੂੰ ਅਸੀਂ ਪੂਰੀ ਤਰ੍ਹਾਂ ਦੇ ਨਾਲ ਨਿਭਾਈਏ। ਸੋ ਇਸੇ ਤਰ੍ਹਾਂ ਦੇ ਨਾਲ ਬਹੁਤ ਸਾਰੀਆਂ ਜਥੇਬੰਦੀਆਂ, ਬਹੁਤ ਸਾਰਾ ਸਰਕਾਰੀ ਤੌਰ 'ਤੇ ਵੀ ਕੁਛ ਐਲਾਨ ਹੋਏ, ਪਰ ਬਹੁਤ ਸਾਰੀਆਂ ਸੰਸਥਾਵਾਂ ਨੇ ਜਾ ਕੇ ਉੱਥੇ ਸਰਕਾਰਾਂ ਤੋਂ ਵੀ ਪਹਿਲਾਂ ਜਾ ਕੇ ਉੱਥੇ ਹੈਲਪ ਕੀਤੀ ਹੈ। ਸੋ ਜਿਸ ਤਰ੍ਹਾਂ ਬਹੁਤ ਲੰਬੇ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਕਿ ਸਿੱਖ ਏਡ ਵਾਲੇ ਹਮੇਸ਼ਾ ਹੀ ਸਭ ਤੋਂ ਪਹਿਲਾਂ ਪਹਿਲਕਦਮੀ ਕਰਦੇ ਨੇ, ਇਸ ਵਾਰ ਵੀ ਉਹਨਾਂ ਨੇ ਪਹਿਲਕਦਮੀ ਕੀਤੀ। ਸੋ ਸਲਾਮ ਹੈ ਉਹਨਾਂ ਨੂੰ ਕਿ ਉਹਨਾਂ ਨੇ ਜਿੱਥੇ ਵੀ ਕਿਤੇ ਕੁਦਰਤੀ ਆਫਤ ਆਈ ਉਹਨਾਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ ਇਸ ਦੇ ਵਿੱਚ। ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਜਿੰਨਾ ਕੁ ਅਸੀਂ ਕਰ ਸਕਦੇ ਹੋਈਏ ਆਪਣੇ ਤਨ ਮਨ ਧਨ ਦੇ ਨਾਲ, ਉਹ ਅਸੀਂ ਜਿਹੜਾ ਹੈ ਉੱਥੋਂ ਤੱਕ ਜਿਹੜੀ ਰਾਹਤ ਸਮੱਗਰੀ ਹੈ ਉਹ ਕਿਸੇ ਰੂਪ ਵਿੱਚ ਪਹੁੰਚਾਈ ਜਾਵੇ। ਸੋ ਸਾਡੀ ਬੇਨਤੀ ਸਿਰਫ ਇੰਨੀ ਹੈ ਕਿ ਬਹੁਤ ਸਾਰੀਆਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਹੋਰ ਤੁਸੀਂ ਢੰਗ ਤਰੀਕਿਆਂ ਦੇ ਨਾਲ ਇੰਟਰਨੈਟ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਇਸ ਦੇ ਕਾਰਜ ਦੇ ਵਿੱਚ ਲੱਗੀਆਂ ਹੋਈਆਂ ਨੇ। ਸੋ ਅਸੀਂ ਇਹ ਪੂਰੀ ਤਰ੍ਹਾਂ ਦੇ ਨਾਲ ਕੋਈ ਵੀ ਰਾਹਤ ਸਮੱਗਰੀ ਜਾਂ ਅਸੀਂ ਧਨ ਦੇ ਰੂਪ ਵਿੱਚ ਜੋ ਵੀ ਅਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਅਸੀਂ ਪੈਸਾ ਦੇਣਾ ਹੈ ਉਹ ਸਹੀ ਜਗ੍ਹਾ 'ਤੇ ਪਹੁੰਚ ਸਕੇ। ਸੋ ਅਸੀਂ ਪਹਿਲਾਂ ਉਸ ਚੀਜ਼ ਦੀ ਚੰਗੀ ਤਰ੍ਹਾਂ ਦੇ ਨਾਲ ਕੋਖ ਕਰ ਲਈਏ ਕਿ ਜਿਹੜਾ ਸਾਡਾ ਪੈਸਾ ਹੈ ਜੋ ਅਸੀਂ ਉਹਨਾਂ ਲੋਕਾਂ 'ਤੇ ਜਿਨ੍ਹਾਂ 'ਤੇ ਇੱਕ ਕੁਦਰਤੀ ਆਫਤ ਆਈ ਹੈ ਉਹਨਾਂ ਤੱਕ ਪਹੁੰਚਣਾ ਜਿਹੜਾ ਹੈ ਉਹ ਜ਼ਰੂਰੀ ਚਾਹੀਦਾ। ਤੋ ਇਸ ਕਰਕੇ ਸਾਨੂੰ ਪੂਰੀ ਤਰ੍ਹਾਂ ਦੇ ਨਾਲ ਘੋਖ ਕਰਕੇ ਉਹਨਾਂ ਸੰਸਥਾਵਾਂ ਦੀ ਹੀ ਮਦਦ ਕਰਨੀ ਚਾਹੀਦੀ ਹੈ ਜਾਂ ਉਹਨਾਂ ਸੰਸਥਾਵਾਂ ਤੱਕ ਹੀ ਸਾਡਾ ਜਿਹੜਾ ਹੈ ਉਹ ਪੈਸਾ ਜਿਹੜਾ ਹੈ ਉਹ ਪਹੁੰਚਣਾ ਚਾਹੀਦਾ ਜਿਹੜੇ ਉੱਥੇ ਖੁਦ ਇਨਵੋਲਵ ਨੇ ਜਾਂ ਉੱਥੇ ਜਾ ਕੇ ਸੇਵਾ ਕਰ ਰਹੇ ਨੇ ਜਾਂ ਉਹਨਾਂ ਸੰਸਥਾਵਾਂ ਦਾ ਕੋਈ ਨਾ ਕੋਈ ਨੁਮਾਇੰਦਾ ਜਿਹੜਾ ਹੈ ਉਹ ਪੂਰਨ ਤੌਰ ਦੇ ਉੱਤੇ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾਣਦਾ ਹੈ ਜਾਂ ਉਹ ਤੁਹਾਨੂੰ ਸੋਸ਼ਲੀ ਜਾਣਦਾ ਹੈ ਜਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਕੱਲ੍ਹ ਕਿ ਉਹਨਾਂ ਦਾ ਰਿਕਾਰਡ ਜਿਹੜਾ ਪਿਛਲਾ ਸੀ ਕਿ ਕਿੰਨੇ ਸਮੇਂ ਤੋਂ ਉਹ ਇਸ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਦੇ ਵਿੱਚ ਉਹ ਕੰਮ ਕਰਦੇ ਨੇ। ਸੋ ਸਾਡਾ ਜਿਹੜਾ ਫਰਜ਼ ਬਣਦਾ ਹੈ ਉਹ ਇਹੀ ਬਣਦਾ ਹੈ ਕਿ ਅਸੀਂ ਉਹਨਾਂ ਸਹੀ ਲੋਕਾਂ ਤੱਕ ਜਿਹੜੀ ਰਾਹਤ ਹੈ ਉਹ ਪਹੁੰਚਾ ਸਕੀਏ। ਸੋ ਮੈਂ ਗੱਲ ਕੀਤੀ ਸੀ 8 ਲੱਖ ਤੋਂ ਲੈ ਕੇ 10 ਲੱਖ ਲੋਕ ਜਿਹੜੇ ਨੇ ਪ੍ਰਭਾਵਿਤ ਹੋਏ ਨੇ। ਸੋ ਸਿਰਫ ਚੰਗੀ ਖਬਰ ਅੱਜ ਦੀ ਇਹੀ ਹੈ ਕਿ ਉੱਥੇ ਜਿਹੜਾ ਹੈ ਉਹ ਮੀਂਹ ਪੈਣਾ ਜਿਹੜਾ ਹੈ ਉਹ ਬੰਦ ਹੋ ਗਿਆ। ਸੋ ਉਸ ਮੀਂਹ ਨਾ ਪੈਣ ਕਰਕੇ ਸ਼ਾਇਦ ਪਰਮਾਤਮਾ ਜਿਹੜਾ ਹੈ ਉਹ ਕੁਛ ਵਾਹਿਗੁਰੂ ਕਿਰਪਾ ਕਰੇ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਉੱਥੇ ਕੁਛ ਜਿਹੜੇ ਹਾਲਾਤ ਨੇ ਉਹ ਨੋਰਮਲ ਹੋ ਸਕਣ। ਅਸੀਂ ਵੀ ਆਪਣੀ ਤਰਫ ਤੋਂ ਇਹੀ ਅਰਦਾਸ ਕਰਦੇ ਹਾਂ
ਪਰ ਉਸ ਤੋਂ ਵੀ ਬਾਅਦ ਜਦੋਂ ਇਹ ਸਾਰਾ ਕੁਛ ਉੱਥੇ ਮੀਂਹ ਪੈਣਾ ਬੰਦ ਹੋ ਜਾਏਗਾ ਜਾਂ ਲੋਕਾਂ ਨੂੰ ਜਿਹੜੇ ਉਹ ਕੈਂਪਾਂ 'ਚ ਬੈਠੇ ਨੇ ਉਹਨਾਂ ਨੂੰ ਰਾਹਤ ਸਮੱਗਰੀ ਪਹੁੰਚ ਵੀ ਜਾਏਗੀ, ਪਰ ਜਦੋਂ ਉਹ ਆਪਣੇ ਘਰਾਂ ਨੂੰ ਪਰਤਣਗੇ ਅਤੇ ਉਹ ਘਰ ਵੀ ਟੁੱਟੇ ਫੁੱਟੇ ਹੋਣਗੇ, ਉਹਨਾਂ ਨੂੰ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪਏਗਾ। ਉਹਨਾਂ ਨੂੰ ਮੈਡੀਸਨ ਚਾਹੀਦੀ ਹੋਏਗੀ, ਉਹਨਾਂ ਨੂੰ ਕੱਪੜੇ ਚਾਹੀਦੇ ਹੋਣਗੇ, ਉਹਨਾਂ ਨੂੰ ਹਰ ਤਰ੍ਹਾਂ ਦੇ ਨਾਲ, ਕਿਉਂਕਿ ਉੱਥੇ ਜਾਨੀ ਨੁਕਸਾਨ ਮਾਲੀ ਨੁਕਸਾਨ ਤਾਂ ਹੋਇਆ ਹੀ ਹੋਇਆ, ਅਤੇ ਉਸ ਤੋਂ ਬਾਅਦ ਵੀ ਜਿਹੜੀਆਂ ਉਹਨਾਂ ਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ, ਉਹਦੇ 'ਤੇ ਵੀ ਸਾਨੂੰ ਜਿਹੜਾ ਹੈ ਉਹ ਨਜ਼ਰ ਰੱਖਣੀ ਚਾਹੀਦੀ ਆ, ਤਾਂ ਕਿ ਉਹ ਲੋਕ ਮੁੜ ਵਸੇਵਾ ਜਿਹੜਾ ਹੈ ਉਹਨਾਂ ਦਾ ਹੋ ਸਕੇ, ਕਿਉਂਕਿ ਕੁਦਰਤੀ ਆਫਤ ਅੱਗੇ ਕਿਸੇ ਸਾਇੰਸ ਦੀ ਨਹੀਂ ਚੱਲਦੀ, ਕਿਸੇ ਵੀ ਸਿਸਟਮ ਦੀ। ਕਈ ਵਾਰੀ ਬਹੁਤ ਸਾਰੇ ਵੱਡੇ ਵੱਡੇ ਜਿਹੜੇ ਡਿਵੈਲਪਡ ਕੰਟਰੀ ਨੇ ਉਹਨਾਂ ਦੇ ਵਿੱਚ ਵੀ ਜਦ ਕਦੀ ਕੁਦਰਤੀ ਆਫਤ ਆਉਂਦੀ ਹੈ ਤਾਂ ਬਹੁਤ ਸਮਾਂ ਲੱਗ ਜਾਂਦਾ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਨੋਰਮਲ ਹੋਣ ਦੇ ਵਿੱਚ। ਸੋ ਅਸੀਂ ਆਪਣੇ ਤੌਰ ਦੇ ਉੱਤੇ ਆਪਣੇ ਦਰਸ਼ਕਾਂ ਨੂੰ ਇਹੀ ਅਪੀਲ ਕਰਦੇ ਹਾਂ, ਸਾਰੇ ਦਰਸ਼ਕਾਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਜਿਹੜਾ ਵੀ ਤੁਸੀਂ ਕੋਈ ਆਪਣੀ ਧਨ ਦੇ ਰੂਪ ਦੇ ਵਿੱਚ ਉੱਥੇ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ, ਉਹ ਸਹੀ ਬੰਦਿਆਂ ਤੱਕ ਪਹੁੰਚਾਈ ਜਾਵੇ, ਤਾਂ ਕਿ ਸਹੀ ਤੁਹਾਡੀ ਜਿਹੜੀ ਤੁਸੀਂ ਜਿਸ ਆਪਣੀ ਸ਼ਰਧਾ ਦੇ ਨਾਲ ਉਹ ਜਿਹੜਾ ਹੈ ਧਨ ਦੀ ਸੇਵਾ ਕੀਤੀ ਹੈ ਉਹ ਸਹੀ ਲੋਕਾਂ ਤੱਕ ਪਹੁੰਚ ਸਕੇ। ਸੋ ਅਸੀਂ ਇਸ ਉਮੀਦ ਦੇ ਨਾਲ ਕਿ ਪਰਮਾਤਮਾ ਇਹੋ ਜਿਹੀ ਕਿਰਪਾ ਕਰੇ ਕਿ ਉੱਥੇ ਜਿਹੜਾ ਹੈ ਨੋਰਮਲ ਜਨ ਜੀਵਨ ਜਿਹੜਾ ਹੋਵੇ, ਪਰ ਜਿਹੜਾ ਵੀ ਕੁਛ ਉੱਥੇ ਉਹਨਾਂ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਵੇ ਉਹਨਾਂ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਹਾਈ ਹੋ ਸਕੀਏ। ਸੋ ਸਾਡੀ ਇਸ ਬੇਨਤੀ ਨੂੰ ਤੁਸੀਂ ਜ਼ਰੂਰ ਪ੍ਰਵਾਨ ਕਰਿਓ ਅਤੇ ਅੱਗੇ ਇਸ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਿਓ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਕੁਦਰਤੀ ਆਫਤ ਦਾ ਅਤੇ ਉਸ ਤੋਂ ਬਾਅਦ ਹੋਣ ਵਾਲੇ ਜਿਹੜੇ ਨੁਕਸਾਨ ਨੇ ਜਾਂ ਬਾਅਦ ਵਾਲੀਆਂ ਮੁਸ਼ਕਲਾਂ ਨੇ ਉਹਨਾਂ ਦਾ ਵੀ ਜਿਹੜਾ ਹੈ ਉਹ ਸਾਹਮਣਾ ਜਿਹੜਾ ਹੈ ਉਹ ਅਸੀਂ ਕਿਸੇ ਤਰੀਕੇ ਦੇ ਨਾਲ ਕਰ ਸਕੀਏ, ਉਹਨਾਂ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਹੋ ਕੇ ਲਾ ਕੇ ਅਸੀਂ ਉਹਨਾਂ ਦੇ ਨਾਲ ਖੜੀਏ, ਤਾਂ ਕਿ ਉਹ ਆਪਣਾ ਜਿਹੜਾ ਜੀਵਨ ਹੈ ਉਹ ਨੋਰਮਲ ਕਰ ਸਕਣ। ਕਿਉਂਕਿ ਬੜੀ ਮੁਸ਼ਕਲ ਹੁੰਦੀ ਹੈ ਇਸ ਸਮੇਂ ਦੇ ਵਿੱਚ, ਕਿਉਂਕਿ ਘਰ ਦੀ ਕਿਤੇ ਇੱਕ ਚੀਜ਼ ਜਿਹੜੀ ਹੈ ਉਹ ਖਰਾਬ ਹੋ ਜਾਵੇ ਅਤੇ ਇਨਸਾਨ ਜਿਹੜਾ ਹੈ ਉਹ ਆਪਣੇ ਆਪ ਨੂੰ ਡਿਸਟਰਬ, ਆਪਣੇ ਆਪ ਨੂੰ ਨੋਰਮਲ ਮਹਿਸੂਸ ਨਹੀਂ ਕਰਦਾ। ਅਤੇ ਅਸੀਂ ਜਿਹੜਾ ਆਪਣਾ ਮਹਿਸੂਸ ਥੋੜ੍ਹਾ ਜਿਹਾ ਵੀ ਕਰਕੇ ਦੇਖੀਏ ਕਿ ਜਿਨ੍ਹਾਂ ਦੇ ਘਰ ਨਹੀਂ ਰਹੇ ਹੋਣਗੇ, ਜਿਨ੍ਹਾਂ ਦਾ ਕੋਈ ਜਾਨੀ ਨੁਕਸਾਨ ਵੀ ਹੋ ਗਿਆ ਹੋਏਗਾ, ਉਹ ਕਿਵੇਂ ਆਪਣੇ ਆਪ ਨੂੰ ਨੋਰਮਲ ਜਿਹੜਾ ਹੈ ਉਹ ਕਰ ਸਕਣਗੇ। ਸੋ ਅਸੀਂ ਬੇਨਤੀ ਕਰਦੇ ਹਾਂ, ਉਸ ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਉਹ ਲੋਕ ਜਿਹੜੇ ਨੇ ਉਹ ਆਪਣੇ ਘਰਾਂ ਨੂੰ ਪਰਤਣ ਅਤੇ ਆਪਣਾ ਜਿਹੜਾ ਹੈ ਨੋਰਮਲ ਜੀਵਨ ਦੇ ਵਿੱਚ ਆਉਣ, ਪਰ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਅਤੇ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਦੁੱਖ ਹੈ, ਜਿਹੜੀ ਉਹਨਾਂ ਦੀ ਤਕਲੀਫ ਹੈ, ਉਸ ਨੂੰ ਵੰਡਾਉਣ ਦੇ ਵਿੱਚ ਕੁਛ ਆਪਣਾ ਜਿਹੜਾ ਹੈ ਕੁਛ ਆਪਣਾ ਹਿੱਸਾ ਕੁਛ ਪਾਰਟ ਜਿਹੜਾ ਹੈ ਉਹ ਆਪਾਂ ਪਾ ਸਕੀਏ। ਸੋ ਸਤਿ ਸ਼੍ਰੀ ਅਕਾਲ ਜੀ, ਇਸ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਿਓ।